ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਤਾਂ ਇੱਕ ਹੁੰਦਾ ਵੋਟਰ ਜਿਹਨੂੰ ਜੋ ਵੀ ਸਮਝ ਆਉਂਦਾ ਉਹ ਚੁੱਪ ਚਾਪ ਜਾ ਕੇ ਵੋਟ ਪਾ ਜਾਂਦਾ, ਬੋਲਦਾ ਨਹੀਂ ਹੈ, ਉਹ ਡਰ ਨਾਲ ਸਮਝ ਲਓ ਜਾਂ ਜਿਵੇਂ ਮਰਜ਼ੀ ਸਮਝ ਲਓ। ਇੱਕ ਹੁੰਦਾ ਸਪੋਰਟਰ, ਉਹ ਸਪੋਰਟਰ ਹੁੰਦਾ ਕਿ ਉਹਦੀ ਇੱਛਾ ਹੁੰਦੀ ਹੈ ਮੈਂ ਫਲਾਣੀ ਪਾਰਟੀ ਨੂੰ ਵੋਟ ਪਾਵਾਂ ਕਿਸੇ ਕਾਰਨ ਵੀ, ਅਤੇ ਉਹ ਉਹਦੀ ਸਪੋਰਟ ਵੀ ਕਰਦਾ। ਇੱਕ ਹੁੰਦਾ ਵਲੰਟੀਅਰ, ਮੈਂ ਉਹਨੂੰ ਇਨਵੈਸਟਰ ਕਹਿੰਦਾ, ਉਹ ਜਿਹੜਾ ਵਲੰਟੀਅਰ ਹੁੰਦਾ ਉਹ ਜਾਂ ਇਨਵੈਸਟਰ ਹੁੰਦਾ ਉਹ ਆਪਣਾ ਟਾਈਮ ਜਾਂ ਪੈਸਾ ਇਸ ਕਰਕੇ ਕਿਸੇ ਇੱਕ ਪਰਟੀਕੁਲਰ ਪਾਰਟੀ ਦੇ ਵਿੱਚ ਇਨਵੈਸਟ ਕਰਦਾ, ਉਹਨੂੰ ਲੱਗਦਾ ਵੀ ਮੈਨੂੰ ਡਾਇਰੈਕਟ ਕੋਈ ਬੈਨੀਫਿਟ ਮਿਲੂਗਾ ਇਹਦੇ 'ਚੋਂ। ਉਹ ਜਦੋਂ ਹੁੰਦੇ ਨੇ ਉਹ ਅੰਧ ਭਗਤ ਬਣ ਜਾਂਦੇ ਨੇ, ਉਹ ਕਿਸੇ ਵੀ ਨੌਨਸੈਂਸ ਨੂੰ ਸਪੋਰਟ ਕਰਦੇ ਨੇ, ਉਹਨਾਂ ਦੀ ਆਜ਼ਾਦੀ ਕੋਈ ਨਹੀਂ ਹੁੰਦੀ, ਉਹ ਇੱਕ ਟੋਲਾ ਇੱਕ ਗਰੋਹ ਬਣ ਜਾਂਦਾ, ਅੱਖਰ ਚਾਹੇ ਤੁਹਾਨੂੰ ਚੰਗਾ ਲੱਗੇ ਚਾਹੇ ਨਾ ਚੰਗਾ ਲੱਗੇ। ਜਿਹੜੀ ਹੁਣ ਸਿਆਸਤ ਆਊਗੀ, ਕੋਈ ਵੀ ਆ ਕੇ ਸਿਆਸਤ ਕਰੇ, ਜਿਨ੍ਹਾਂ ਨੇ ਤਾਂ ਪਹਿਲਾਂ ਪਾਪ ਕਰੇ ਹੋਏ ਨੇ ਜ਼ੋਰ ਲਗਾ ਲੈਣ, ਉਹ ਦੂਸਰਿਆਂ ਦੇ ਪਾਪ ਹੀ ਗਿਣਾਉਂਦੇ ਰਹਿੰਦੇ ਨੇ, ਉਹ ਇਹਦਾ ਅਤੇ ਉਹ ਇਹਦਾ, ਪਰ ਕਿਸੇ ਦੇ ਪਾਪ ਗਿਣਾਉਣ ਨਾਲ ਥੋੜ੍ਹੇ ਥੋੜ੍ਹਾ ਧੋਤੇ ਜਾਂਦੇ ਨੇ, ਉਹ ਤਾਂ ਯਥਾਚਿਤ ਰਹਿਣਗੇ। ਤੋ ਜਿਹੜੀ ਹੁਣ ਆ ਰਹੀ ਹੈ, ਜਿਨ੍ਹਾਂ ਨੇ ਕੁਛ ਕੰਮ ਕਰਿਆ, ਜੇ ਤੁਸੀਂ ਕੁਛ ਕੰਮ ਕਰਿਆ ਉਹਨੂੰ ਮਿਟਾ ਥੋੜ੍ਹਾ ਸਕਦੇ ਤੁਸੀਂ, ਉਹ ਤਾਂ ਕੀਤਾ, ਉਹ ਇੱਕ ਉਮੀਦ ਬਣ ਕੇ ਆਉਂਦੀ ਹੈ, ਉਸ ਉਮੀਦ ਦੇ ਨਾਲ ਲੋਕ ਹੋਣਗੇ, ਉਹ ਦੁਬਾਰਾ ਤੁਹਾਨੂੰ ਧੋਖਾ ਦੇ ਜਾਣ, ਪਰ ਓਡਾ ਵੱਡਾ ਧੋਖਾ ਨਹੀਂ ਦੇ ਸਕਦੇ। ਉਹ ਦੇਖੋ ਸਰ, ਇਸ ਤਰ੍ਹਾਂ ਹੈਗਾ ਕਿ ਜਿਹੜੀ ਰਾਜਨੀਤੀ ਜਿਹਨੂੰ ਅਸੀਂ ਕਹਿ ਰਹੇ ਹਾਂ, ਕਦੀ ਤੁਸੀਂ ਠੰਡੇ ਦਿਮਾਗ ਨਾਲ ਇਹ ਸੋਚੋ ਵੀ ਇੰਨਾ ਤਤਪਰ ਹੋ ਕੇ ਕਿਉਂ ਲੋਕ ਲੜ ਰਹੇ ਨੇ ਵੀ ਮੈਂ ਰਾਜਨੇਤਾ ਬਣਨਾ, ਮੈਂ ਰਾਜਨੇਤਾ ਬਣਨਾ। ਕਹਿੰਦੇ ਜੀ ਸੇਵਾ ਕਰਨੀ ਹੈ। ਹੁਣ ਗੁਰਦੁਆਰੇ ਦੇ ਵਿੱਚ ਵੀ ਜੇ ਤੁਸੀਂ ਸੇਵਾ ਕਰਦੇ ਹੋ, ਇੱਕ ਟਾਈਮ ਤੋਂ ਬਾਅਦ ਦੂਸਰਾ ਬੰਦਾ ਆ ਜਾਂਦਾ, ਤੁਸੀਂ ਬੜੀ ਵਿਲਿੰਗਲੀ ਉਹਨੂੰ ਦੇ ਦਿੰਦੇ ਹੋ ਸੇਵਾ, ਰਾਈਟ? ਉਹ ਸੇਵਾ ਹੈ ਬਿਕੋਜ਼ ਤੁਸੀਂ ਸੇਵਾ ਕਰ ਰਹੇ ਹੋ। ਇੱਕ ਸਾਖੀ ਇਸ ਤਰ੍ਹਾਂ ਦੀ ਵੀ ਹੈ ਕਿ ਇੱਕ ਗੁਰੂ ਘਰ ਦਾ ਝਾੜੂ ਬੱਦਾਰ ਸੇਵਾ ਕਰ ਰਿਹਾ ਸੀ, ਤਾਂ ਕੋਈ ਹੋਰ ਬੰਦਾ ਆ ਕੇ ਉਹਨੇ ਬੇਨਤੀ ਕੀਤੀ ਕਿ ਸੇਵਾ ਮੈਨੂੰ ਦੇ ਦਿਉ। ਉਹ ਬੰਦਾ ਆਕੜ ਗਿਆ, ਕਹਿੰਦਾ ਨਹੀਂ ਨਹੀਂ ਇਹ ਤਾਂ ਮੈਂ ਹੀ ਕਰੂੰਗਾ। ਤਾਂ ਉੱਥੇ ਮਹਾਰਾਜ ਨੇ ਇਹ ਵੀ ਕਿਹਾ ਸੀ ਕਿ ਜੇ ਤੁਹਾਡੇ ਤੋਂ ਕਿਸੇ ਨੇ ਸੇਵਾ ਮੰਗੀ ਹੈ ਤਾਂ ਤੁਸੀਂ ਸੇਵਾ ਉਹਨੂੰ ਦੇ ਦਿਉ, ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਤੋ ਇਹ ਵਰਡ ਜਿਹੜਾ ਸੇਵਾ ਦਾ ਅਸੀਂ ਯੂਜ਼ ਕਰਦੇ ਹਾਂ, ਇਹਦਾ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਦੋਂ ਰਾਜ ਹੀ ਆ ਗਿਆ, ਅਸੀਂ ਰਾਜ ਕਰਨਾ, ਅਤੇ ਰਾਜੇ ਮਹਾਰਾਜੇ ਜੇ ਤੁਸੀਂ ਪੁਰਾਣੇ ਵੀ ਦੇਖ ਲਓ, ਜਿਹੜੇ ਮਰਜ਼ੀ ਨੂੰ ਜਿਹਨੂੰ ਤੁਸੀਂ ਵਧੀਆ ਤੋਂ ਵਧੀਆ ਸਮਝਦੇ ਹੋ, ਉਹਦੇ ਵਿੱਚ ਵੀ ਇਨਇਕੁਆਲਿਟੀ ਸੀਗੀ, ਰਾਜੇ ਔਰ ਗਰੀਬ ਦਾ ਭੇਦ ਉਦੋਂ ਵੀ ਸੀਗਾ। ਸੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਤਾਂ ਇੱਕ ਹੁੰਦਾ ਵੋਟਰ ਜਿਹਨੂੰ ਜੋ ਵੀ ਸਮਝ ਆਉਂਦਾ ਉਹ ਚੁੱਪ ਚਾਪ ਜਾ ਕੇ ਵੋਟ ਪਾ ਜਾਂਦਾ, ਬੋਲਦਾ ਨਹੀਂ ਹੈ, ਉਹ ਡਰ ਨਾਲ ਸਮਝ ਲਓ ਜਾਂ ਜਿਵੇਂ ਮਰਜ਼ੀ ਸਮਝ ਲਓ। ਇੱਕ ਹੁੰਦਾ ਸਪੋਰਟਰ, ਉਹ ਸਪੋਰਟਰ ਹੁੰਦਾ ਕਿ ਉਹਦੀ ਇੱਛਾ ਹੁੰਦੀ ਹੈ ਮੈਂ ਫਲਾਣੀ ਪਾਰਟੀ ਨੂੰ ਵੋਟ ਪਾਵਾਂ ਕਿਸੇ ਕਾਰਨ ਵੀ, ਅਤੇ ਉਹ ਉਹਦੀ ਸਪੋਰਟ ਵੀ ਕਰਦਾ। ਇੱਕ ਹੁੰਦਾ ਵਲੰਟੀਅਰ, ਮੈਂ ਉਹਨੂੰ ਇਨਵੈਸਟਰ ਕਹਿੰਦਾ, ਉਹ ਜਿਹੜਾ ਵਲੰਟੀਅਰ ਹੁੰਦਾ ਉਹ ਜਾਂ ਇਨਵੈਸਟਰ ਹੁੰਦਾ ਉਹ ਆਪਣਾ ਟਾਈਮ ਜਾਂ ਪੈਸਾ ਇਸ ਕਰਕੇ ਕਿਸੇ ਇੱਕ ਪਰਟੀਕੁਲਰ ਪਾਰਟੀ ਦੇ ਵਿੱਚ ਇਨਵੈਸਟ ਕਰਦਾ, ਉਹਨੂੰ ਲੱਗਦਾ ਵੀ ਮੈਨੂੰ ਡਾਇਰੈਕਟ ਕੋਈ ਬੈਨੀਫਿਟ ਮਿਲੂਗਾ ਇਹਦੇ 'ਚੋਂ। ਉਹ ਜਦੋਂ ਹੁੰਦੇ ਨੇ ਉਹ ਅੰਧ ਭਗਤ ਬਣ ਜਾਂਦੇ ਨੇ, ਉਹ ਕਿਸੇ ਵੀ ਨੌਨਸੈਂਸ ਨੂੰ ਸਪੋਰਟ ਕਰਦੇ ਨੇ, ਉਹਨਾਂ ਦੀ ਆਜ਼ਾਦੀ ਕੋਈ ਨਹੀਂ ਹੁੰਦੀ, ਉਹ ਇੱਕ ਟੋਲਾ ਇੱਕ ਗਰੋਹ ਬਣ ਜਾਂਦਾ, ਅੱਖਰ ਚਾਹੇ ਤੁਹਾਨੂੰ ਚੰਗਾ ਲੱਗੇ ਚਾਹੇ ਨਾ ਚੰਗਾ ਲੱਗੇ, ਉਹ ਜਿਹੜਾ ਗਰੋਹ ਹੈਗਾ ਉਹੀ ਰੌਲਾ ਪਾਉਂਦਾ ਤੁਹਾਨੂੰ ਨਜ਼ਰ ਆਉਂਦਾ। ਉਹ ਕਿਸੇ ਹਰੇਕ ਪਾਰਟੀ 'ਚ ਨੇ, ਉਹ ਕਿਸੇ ਵੀ ਗੱਲ ਨੂੰ ਕੱਟਦਾ ਨਹੀਂ ਆਪਣੇ ਨੇਤਾ ਨੂੰ। ਤੋ ਰਾਜਨੀਤੀ ਤਾਂ ਇਹ ਹੈਗੀ ਹੈ। ਤੋ ਰਾਜਨੀਤੀ ਦਾ ਮੇਨ ਮਕਸਦ ਕੀ ਹੈ? ਦੂਸਰੇ ਦਾ ਸ਼ੋਸ਼ਣ ਕਰਨਾ। ਅੱਜ ਹੁਣ ਸਾਡੇ ਗੱਲਾਂ ਹੁੰਦੀਆਂ ਜੀ, ਉਹ ਫਲਾਣੇ ਨੇ ਜੀ ਸਾਡੇ ਗਲੀ ਬਣਵਾਤੀ, ਸਾਡੇ ਨਾਲੀ ਬਣਵਾਤੀ। ਤੁਹਾਡੇ ਸਵਾਲ ਹੀ ਸਹੀ ਨਹੀਂ ਹੈਗੇ। ਹਿੰਦੁਸਤਾਨ ਦੇ ਵਿੱਚ 8 ਲੇਨ ਰੋਡਸ ਜਾਂਦੀਆਂ ਨੇ, ਅਟਲ ਟਨਲ ਬਣੀ ਹੈ 10 ਕਿਲੋਮੀਟਰ ਲੰਬੀ, ਠੀਕ ਹੈ? ਤੋ ਇੱਕ ਪਾਸੇ ਗਲੀ ਵੀ ਨਹੀਂ ਬਣੀ। ਇਹ ਸਿੱਧੀ ਸਿੱਧੀ ਕਹਾਣੀ ਇਹ ਹੈ ਕਿ ਇੱਕ ਵੱਡੇ ਹਿੱਸੇ ਨੂੰ ਅਸੀਂ ਨਿਗਲੈਕਟ ਕਰਤਾ, ਵੀ ਡੋਂਟ ਕੇਅਰ, ਉਹਦੇ ਬਾਰੇ ਸੋਚ ਹੀ ਨਹੀਂ ਰਹੇ ਅਸੀਂ। ਜਦਕਿ ਜੇ ਅਸੀਂ ਸੋਚੀਏ ਤਾਂ ਇੱਕ ਪਰਿਵਾਰ ਹੈ, ਪਰਿਵਾਰ ਦੇ ਸਭ ਤੋਂ ਵੀਕ ਬੰਦੇ ਨੂੰ, ਚਾਹੇ ਉਹਦੇ 'ਚ ਪ੍ਰਤਿਭਾ ਘੱਟ ਹੈ ਜਾਂ ਵੱਧ ਹੈ, ਰੋਟੀ ਮਿਲਣੀ ਤਾਂ ਬਹੁਤ ਜ਼ਰੂਰੀ ਹੈ, ਉਹ ਵੀ ਨਹੀਂ ਮਿਲ ਰਹੀ। ਹੁਣ ਅੱਗੋਂ ਕੀ ਹੋ ਰਿਹਾ? ਜਿਹੜੇ ਬੰਦੇ ਅੱਗੇ ਨਿਕਲ ਗਏ, ਹੁਣ ਜੇ ਮੰਨ ਲਓ ਤੁਹਾਡਾ ਬੇਟਾ ਹੈ, ਜਿਹੜਾ ਕੰਮ ਤੁਹਾਡੇ ਕੋਲ ਓਬਵੀਅਸਲੀ ਤੁਸੀਂ ਉਹਨੂੰ ਹੀ ਦਿਓਗੇ। ਉਹ ਜੇ ਦੂਸਰੇ ਨਾਲੋਂ ਘੱਟ ਪ੍ਰਤਿਭਾਸ਼ਾਲੀ ਹੈ ਤਾਂ ਵੀ ਓਬਵੀਅਸਲੀ ਕੰਮ ਉਹਨੂੰ ਜਾਊਗਾ। ਹੁਣ ਚਾਹੇ ਉਹ ਵਪਾਰ ਹੈ, ਚਾਹੇ ਉਹ ਰਾਜਨੀਤੀ ਹੈ, ਚਾਹੇ ਉਹ ਫਿਲਮਾਂ ਨੇ, ਜਿਹੜਾ ਮਰਜ਼ੀ, ਚਾਹੇ ਸਬਜ਼ੀ ਦਾ ਠੇਲਾ, ਉਹ ਇੰਸੈਸਟਰਲ ਕੰਮ ਹੋ ਗਏ, 3 ਪੁਸ਼ਤਾਂ ਤੋਂ ਕੰਮ ਚੱਲ ਗਏ। ਅਤੇ ਜਿਨ੍ਹਾਂ ਦੀ ਬਾਂਹ ਨਹੀਂ ਫੜੀ ਅਸੀਂ ਐਜ਼ ਅ ਸੁਸਾਇਟੀ, ਜਿਹੜੇ ਫਾਰਦ ਸਟੈਂਡ 'ਤੇ ਬੈਠੇ ਨੇ, ਉਹ ਪਿੱਛੇ ਹੁੰਦੇ ਚਲੇ ਜਾ ਰਹੇ ਨੇ। ਤੋ ਮੈਂ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਂਦਾ।
प्रगति मैदान के उपर एग्जीबिशन लगी हुई सी। उत्थे एक कंपनी का सीईओ मालिक खड़ा सी, उहदे आस पास कुछ होर उहदे नाल दे लोग चेले चापड़े उहदे इंपलॉईज सीगे। तो एक छोटा बच्चा भिखारी वो आके सीईओ तो ही पैसे मंगन लग गया, भीख मंगन लग गया, होर किसे तो नहीं मंगी उहने। तो वह उन्हें भजाने की कोशिश करते रहे पर वह प्यो का पुत्र हिलया नहीं। थोड़ी देर बाद वो सीईओ इरीटेट हो गया, वो तो अपनी जेब च उन्हें हाथ पाया। इस तो पहला कि सीईओ कुछ पैसे कढ़ता, वो आस पास वाले जिन्हें इंपलॉई से या वो बिजनेस करने के इच्छुक जो भी लोग खड़े थे सब ने अपनी अपनी जेब च हाथ पाया और मेरा ख्याल है भी दो दो पाँच पाँच रुपये सब ने ही उन्होंने देते कि तू जा बाबा जान छड़। वो बच्चा गया दौड़ के, मैं उन्होंने देखता रहा। नुक्कर दे विच उहदा एक छोटा भरा बैठा सी, उन्होंने जाके उन्हें कूणी मारी भी जा उत्थे होर पैसे मिलणगे। ये मैनेजमेंट के तीन बहुत वड्डे प्रिंसीपल्स ने। सब तो पहला तो यू शुड गो टू द डिसीशन मेकर। अद्धी वारी तो थोड़े काम होंगे ही नहीं, तुम जाई जाओ जी मैं ऑर्डर दे दो, मैं ऑर्डर दे दो। थले वाला जो कलर्क है अज आई कल आई परसों आई साढ़े को हाले ये काम है नहीं, जदों कहता काम है नहीं समझो वो काम है, क्योंकि तुम डिसीशन मेकर को नहीं गए, मैनेजमेंट का प्रिंसीपल है। दूसरा कि यू शुड बी परसिस्टेंट, तुम हथियार नहीं सीटने जब तक थोड़ा काम नहीं मिल गया, वो लगातार लग्या रहा। तीसरा कि जे थोड़े कोल काम मिल गया जाके बाजार च रौला ना पा दे, होर कंपीटिशन तैयार हो जाऊगा। ये मैनेजमेंट के तीन प्रिंसीपल ने। और ये बच्चे नूं पता कि मेरे कोल कल जोगी रोटी नहीं हैगी, मैं अज कमाऊंगा तो कल खाऊंगा। सो इस बच्चे की प्रतिभा नूं तुसीं घट समझदे हो। एक बच्चा कोई कंघी वेच रहा है, कोई गुब्बारे वेच रहा है, कोई कुछ कर रहा है, ही इज़ एन एंटरप्रेन्योर, ही इज़ डूइंग बिजनेस। प्रॉब्लम यह है कि उन्हें बहुत लंबे टाइम के उपरों वो लेवल्ड प्लेटफॉर्म नहीं मिल रहा। अज जे हुण तुसी देखो तो बहुत जागृति आ गई लोगों के विच, अंदोलन तो बाद तो बहुत ज़्यादा एजुकेट हो गए लोग। इहदे अलावा भी जे तुसी गौर नाल देखो तो हर 10-20 साल बाद एक अंदोलन खड़ा हुंदा। पहला 20 साल बाद खड़ा हुंदा सी, जेपी अंदोलन खड़ा होया, उस तो बाद फिर अन्ना हज़ारे वाला खड़ा, हुण उस तो 10 साल बाद ही अगला किसान अंदोलन खड़ा हो गया। ये क्यों हो रहा है? क्योंकि जिहड़ी सोसाइटी नूं असीं दबाया या उहनूं मतलब बिल्कुल अखों परोखा कर रहे हैं, वह इन्ने दब चुके कि हुण रिवोल्ट होना उहनां कोले कोई हल ही है नहीं। तो जिहड़ी हुण चेंज है ये आनी शुरू होगी। बेशक देखो जदों तुसीं ना -10 ते खड़े हो तो जदों तुसीं 0 ते आउंदे हो तो थोड़ी प्रोग्रेस रिकॉर्ड नहीं होंदी, कि तुहानूं लगदा यार कुछ भी नहीं होया। जदों 0 ते 1 ते आओगे उदों रिकोगनाइज़ होगा भी हाँ इन्होंने कुछ करिया। तो मैं तुहानूं ये कह सकदा कि 10 तों असीं 0 तक तो पहुँच गए, तो होना की चाहिए? जिहड़ी हुण सियासत आऊगी, कोई भी आके सियासत करे, जिन्होंने तो पहला पाप करे हुए ने जोर लगा लैन, वो दूसरों के पाप ही गिणाते रहते हैं, वो एदा तो वो एदा, पर किसी के पाप गिणा नाल थोड़े थोड़ा धोते जाते हैं, वो तो यथाचित रहेंगे। तो जिहड़ी हुण आ रही है जिन्होंने कुछ काम करिया, जे तुसी कुछ काम करिया उन्हें मिटा थोड़ा सकते हो, तुसी वो तो कीता, वो एक उम्मीद बन के आती है। उस उम्मीद के नाल लोग होणगे, वो दोबारा थानू धोखा दे जाण, पर उड्डा वड्डा धोखा नहीं दे सकदे। वो इसे 2022 दे विच तुसीं देखोगे कि उम्मीद नूं वोट पऊगी, लारिआं नूं वोट नहीं पऊगी।